ਭੀਮ ਰਾਓ ਬੋਲਦਾ ਜਦੋਂ ਚ ਬਾਬਾ ਸਾਹਿਬ ਬੋਲਦਾ ਜਦੋਂ ਚ ਬਾਬਾ ਸਾਹਿਬ ਬੋਲਦਾ ਰਾਜੇ ਦੇ ਕੁਲ ਚੋ ਨਾਰਾਜ਼ ਉਹਨੇ ਵੋਟ ਨਾ ਕਲਮ ਕਾਈ जय भीम नौ बधाए जय गुरदेव कांशी टीवी के अज के स्पैशल गैस्ट के एपीसोड में आप जी का बहुत बहुत स्वागत है। मैं धर्मचंद महे अज के शो बारे जानकारी मैं समझता कि थोनू मिल गई होगी क्योंकि जिहड़ा गीत तुसी हुणी हुणी सुनिया इहदे गायक अज स्टूडियो विच विराजमान हन उन्होंने नाल आपां गलबात करांगे। जिहड़ा स्पैशल गैसट का एपीसोड कोई भी होवे उहदे विच जिहड़े खास शख्सियतां हुंदियां उन्हां नूं बुलाया जांदा है, चाहे वह सियासी हो, चाहे वह धार्मिक हो, चाहे वह शायरी होवे जां गीतकारी होवे जां किसी होर फील्ड दे विच उन्हां दी खासियत होवे उन्हां नूं बुला के उन्हां दी जिंदगी बारे उन्हां दे कारोबार बारे आपां गलबात करदे हां। अज जिस कलाकार नूं असी तुहाडे रूबरू करना है उन्हां दा पंजाब दी धरती ते लोक गायकी विच बहुत वधिया नां है, बहुत उभरदे फनकार हन जिहदा नां है कुलबीर ललियां। आओ पहलां उन्हां नूं स्वागत करदे हां, फिर उन्हां आपां गलबात कर देंगे। कुलबीर ललियां जी तुहाडा बहुत बहुत स्वागत कंची टीवी ते, सुनाओ की हाल चाल तुहाडा। ਫਿਰ ਸਰ ਜੀ ਨਮੋ ਬਧਾਏ, ਜੈ ਭੀਮ, ਧੰਨ ਗੁਰਦੇਵ, ਤੁਸੀਂ ਤੁਹਾਡੇ ਦਰਸ਼ਨ ਹੋਏ ਅੱਜ ਸਾਰੀ ਸੰਗਤ ਨੂੰ ਮੇਰੇ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਯਾਦ ਕੀਤਾ ਜੀ, ਬਹੁਤ ਧੰਨਵਾਦ। ਲਲੀਆਂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਕਾਸ਼ੀ ਟੀ ਵੀ 'ਤੇ। ਮੈਂ ਤੁਹਾਡਾ ਗੀਤ ਸੁਣਿਆ, ਤੁਹਾਡੇ ਹੋਰ ਵੀ ਕੁਛ ਗੀਤ ਸੁਣਨ ਨੂੰ ਮੈਨੂੰ ਮਿਲੇ ਜਦੋਂ ਮੈਂ ਪ੍ਰੋਗਰਾਮ ਤਿਆਰ ਕਰਦਾ ਸੀ। ਬਹੁਤ ਵਧੀਆ ਹੁਨਰ ਦੇ ਮਾਲਕ ਹਾਂ ਤੁਸੀਂ, ਬਹੁਤ ਤੁਹਾਡਾ ਤਜਰਬਾ ਗਾਇਕੀ ਵਿੱਚ, ਖਾਸ ਤੌਰ 'ਤੇ ਲੋਕ ਗਾਇਕੀ ਵਿੱਚ। ਜੇ ਤੁਹਾਡਾ ਸੰਗੀਤ ਆਪਾਂ ਹੈਗਾ ਇਹਦੇ ਬਾਰੇ ਗੱਲ ਕਰਨੀ ਕਿ ਤੁਹਾਡਾ ਸੰਗੀਤ ਜਿਹੜਾ ਇਹ ਕਦੋਂ ਤੋਂ ਸ਼ੁਰੂ ਹੋਇਆ, ਕਿੱਧਰ ਨੂੰ ਜਾ ਰਿਹਾ, ਕੀ ਤੁਹਾਡੀ ਹੈਗੀ ਟ੍ਰੇਨਿੰਗ ਵਗੈਰਾ, ਪਹਿਲਾਂ ਮੈਂ ਇੱਥੋਂ ਕੁਝ ਜਾਣਨਾ ਚਾਹਾਂਗਾ ਵੀ ਸੰਗੀਤ ਦਾ ਸਫ਼ਰ ਤੁਹਾਡਾ ਸ਼ੁਰੂ ਹੋਇਆ, ਇਹ ਕਦੋਂ ਸ਼ੁਰੂ ਹੋਇਆ? ਸਰ ਜਿਹੜਾ ਸੰਗੀਤ ਦਾ ਸਫ਼ਰ ਅਸਲ ਦੇ ਵਿੱਚ ਜਦੋਂ ਮੈਂ ਪੜ੍ਹਦੇ ਸੀ, ਅਸੀਂ ਜੀ ਪੜ੍ਹਦੇ ਪਹਿਲਾਂ ਸਕੂਲ ਦੇ ਵਿੱਚ ਚਲ ਗਏ, ਸਾਡੇ ਮਾਸਟਰ ਜੀ ਹੁੰਦੇ ਸੀਗੇ, ਮਾਸਟਰ ਰੰਜਨ ਜੀ, ਅਤੇ ਉਹਨਾਂ ਦਾ ਜਿੱਦਾਂ ਹੁੰਦਾ ਸੀ ਬੱਚਿਆਂ ਨੂੰ ਤੁਸੀਂ ਗਾਣਾ ਸਿਖਾਓ, ਕੋਈ ਕਵਿਸ਼ਰੀ ਜਾਂ ਇੱਦਾਂ, ਉਹ ਥੋੜ੍ਹਾ 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 ਇੰਟਰਸਟ ਉਹਦਾ ਵੱਧਦਾ ਗਿਆ ਜਦੋਂ ਮੈਂ ਸਕੂਲ ਚਲੇ ਗਿਆ, ਉਸ ਤੋਂ ਬਾਅਦ ਫਿਰ ਪੜ੍ਹਾਈ 'ਚ ਹੋਰ ਅੱਗੇ ਚਲੇ ਗਏ। ਅਤੇ ਜਿਹੜਾ ਇਹ ਸ਼ੌਕ 'ਚ ਬਦਲ ਗਈ, ਤਾਂ ਜਿਹੜਾ ਸ਼ੌਕ 'ਚ ਬਦਲ ਗਿਆ, ਸ਼ੌਕ 'ਚ ਥੋੜ੍ਹਾ ਜਿਹਾ ਫਿਰ ਥੋੜ੍ਹਾ ਅੱਗੇ ਆਏ ਮਾਸਟਰ ਜੀ ਤੋਂ, ਅਸੀਂ ਥੋੜ੍ਹੀ ਜਿਹੀ ਫਿਰ ਤਰੀਮ ਲੈਣੀ ਸ਼ੁਰੂ ਕੀਤੀ ਹਰੀਦੇਵ ਜੀ ਗੁਰਾਇਆ ਤੋਂ, ਅਤੇ ਉਸ ਤੋਂ ਬਾਅਦ ਸੰਪਰਕ ਲੱਕੀ ਅਪਰਾ ਸਾਹਿਬ ਜਿਹੜੇ ਮੇਰੇ ਸਾਡੇ ਮਿਊਜ਼ਿਕ ਡਾਇਰੈਕਟਰ ਆ, ਸਾਡੇ ਵੱਡੇ ਮੇਰੇ ਵੱਡੇ ਭਰਾ, ਕਾਫੀ ਲੰਬਾ ਸਮਾਂ ਹੋ ਗਿਆ ਉਹਨਾਂ ਨਾਲ ਕੰਮ ਕਰਦੇ, ਤਕਰੀਬਨ 20 ਸਾਲ ਦਾ ਸਫ਼ਰ ਉਹਨਾਂ ਦਾ ਹੋ ਗਿਆ, ਅਤੇ ਬੜੀਆਂ ਬਰੀਕੀਆਂ ਜ਼ਿਆਦਾਤਰ ਉਹਨਾਂ ਦਾ ਆਸ਼ੀਰਵਾਦ ਬਹੁਤ ਰਿਹਾ ਉਹਨਾਂ ਦੇ, ਜਿਹੜੀ ਸਟੂਡੀਓ ਦੀ ਜਿਹੜੀ ਕੁਛ ਹੁੰਦੀ ਹੈ, ਜਿਹੜੀ ਆਪਣੀ ਪਰਫੋਰਮੈਂਸ ਉਹ ਅਲੱਗ ਹੁੰਦੀ ਹੈ, ਜਿਹੜੀ ਸਟੇਜ ਦੀ ਪਰਫੋਰਮੈਂਸ ਹੁੰਦੀ ਕੁਛ ਅਲੱਗ ਹੁੰਦੀ ਹੈ, ਕਾਫੀ ਐਕਸਪੀਰੀਅੰਸ ਪਾਈ ਉਹਨਾਂ ਤੋਂ ਕਾਫੀ ਮਿਲਿਆ। ਠੀਕ ਹੈ ਕੁਲਬੀਰ ਜੀ, ਜਿਹੜਾ ਸੰਗੀਤ ਤਕਰੀਬਨ ਸਾਰਿਆਂ ਦਾ ਬਚਪਨ ਤੋਂ ਸ਼ੁਰੂ ਹੁੰਦਾ, ਸਕੂਲ ਲੈਵਲ ਤੋਂ ਬੱਚੇ ਗਾਉਣ ਲੱਗ ਪੈਂਦੇ ਆ, ਪਰ ਇੱਕ ਸਟੇਜ ਆਉਂਦੀ ਆ ਜਦੋਂ ਬੰਦਾ ਇਹ ਅਹਿਸਾਸ ਕਰਦਾ ਕਿ ਮੇਰੀ ਆਵਾਜ਼ ਦਾ ਜਾਨ ਹੈ ਜਾਂ ਮੈਂ ਇਹ ਜਿਹੜਾ ਕਿੱਤਾ ਅਪਣਾਉਣਾ ਹੈ ਜਿਹਨੂੰ ਆਪਾਂ ਪ੍ਰੋਫੈਸ਼ਨ ਕਰਦੇ ਹਾਂ, ਤੁਹਾਨੂੰ ਕਿੱਦਾਂ ਅਹਿਸਾਸ ਹੋਇਆ ਕਿ ਤੁਹਾਡੀ ਆਵਾਜ਼ ਵਿੱਚ ਇੰਨੀ ਪਾਵਰਫੁਲ ਤਾਕਤ ਹੈ ਕਿ ਤੁਸੀਂ ਅਗਰ ਇਹਨੂੰ ਫੁੱਲ ਟਾਈਮ ਕਰਨਾ ਚਾਹੋ ਤੁਸੀਂ ਆਪਣੀ ਇਹ 'ਚ ਸਰਵਾਈਵ ਕਰ ਸਕਦੇ ਹਾਂ, ਕਿਉਂਕਿ ਇਹ ਬਹੁਤ ਬੜਾ ਕੰਪੀਟੀਸ਼ਨ ਦਾ ਕੰਮ ਆ, ਕਦੋਂ ਮਹਿਸੂਸ ਹੋਇਆ ਤੁਹਾਨੂੰ ਕਿ ਤੁਸੀਂ ਇਹ ਕਰ ਸਕਦੇ ਕੰਮ? ਅਸਲ 'ਚ ਮੈਂ ਦੱਸਣਾ ਚਾਹੁੰਦਾ ਕਿ ਦੇਖੋ ਜਿਹੜੀ
गायकी है, गायकी बहुत ही मतलब आम बंदे वास्ते पहुँच तो गल बार है जी। मेरे डैडी जी अमेरिका गए सी 14-15 साल, साड़ी बैड साड़ी बड़ा कलर रही उन्होंने तो डैथ हो गई। कोई जो मेरा जो शौक से ये बहुत शौक सा बहुत बड़ा उपरला सगा जी, तो वो शौक के नाल तुहानू पता भी जो शौक हुंदा है, शौक के नाल शौक तो अपनी थान उत्ते पर इहदे पिछे जो पैसा आ जो तुहानू बैकअप मनी थोड़ी बहुत थोड़े को होनी चाहिए, बड़ी होनी चाहिए आ, तो वो फिर सानू बहुत उस टाइम से मैंने बहुत स्ट्रगल करनी पई। शौक तो है जी बट फिर हौली हौली करके चलो फिर थोड़ा होया, फिर चंगे लोगों का साथ मिलया। चलो गाने का पहला शौक था जी बट जो लक्की अपरा जी के फिर मैं संपर्क च आ गया तो उन्होंने क्योंकि ओभर के सितारे से क्योंकि उन्होंने बहुत बड़े बड़े उन्होंने सिंगर गवाया, अज आने वाले समय के बहुत बड़े बड़े प्रोजेक्ट कर रहे हो, तो उन्होंने बड़ा आशीर्वाद रहा। उन्होंने मैंने फिर मैंने फाइनली कहा भी तू लगता तो चलो हैगा हैगा क्योंकि मैं काफ़ी गीत मेरे बहुत सारे लोगों ने गीत गाए भी है, तो उन्होंने कहा भी तू गाँव तो हैगा मैं लगता आप ट्राई कर ली इधर भी, तो फिर असी फिर मैं इधर मूव हो जाऊँ। अच्छा ललिया जी एक गल बड़ी इंट्रस्टिंग तुम की जी कि आम तौर पर लोग नहीं कहते, मैं जानना चाहागा क्योंकि तुम जिक्र किया कि गायक बन वास्ते पैसे की बहुत लोड़ आ, क्योंकि आम तौर पर जोड़े सिंगर उन्हों को पैसा पहला नहीं हों, जो काम करते गाने वास्ते पैसे की लोड़ होनी, यही मैं पहली बार सुनी। आम तौर पर जोड़े गायक आ उन्हों को पैसा हों, गायक ही पैसा दिदी है, यही जो कॉन्सैप्ट ये तुम कि गल लैके समझाओ मैं नहीं मैं तुम देखो एक्चुअली पता की है जी भी जे हम तुम कहो पंजाब दे विच सारे कलाकार जिहड़े आ बहुत चंगी रोटी खाते हैं, जे तुम ये गल कहते भी सारे कलाकार समथिंग सारे लैवल से नहीं इदा नहीं होंगी, कुछ कलाकार होंगे भी जिदा कह लो भी उन्हों की लक हों वो अपने हिसाब ना कम करता, कई अपना टीम वर्क हों वो अपने हिसाब ना कम करता, समय समय के नाल हर एक चीज़ होंगी है, बट ये हों हर एक बंदा अपने अपनी काम च बंदा बिजी आ, आप किसी अप डाउन नहीं कर सकते, मैं कह सकता भी उच्चा कोई नीवा नहीं ठीक है, पर यह हैगा कि देखो पहला अज तो पहला तुसी टाइम तुहानू पता होना मेरे साहब सर भी पहला सरदूस कंदर जी सके जी, तो हंसराज हंस जी सके, होर टॉप क्लास सिंगर सके जिहड़े साडे पंजाब दे जिन्होंने बहुत पंजाबी माँ बोली, गुरदास मान साहब हो गए, उस टाइम होंगे सी कंपनियां इन्हों बाउंड कर लेंदियां होंदियां सिंगरां नूं, भावें आउटी सी साहब होवे जां कोई होर कंपनियां होण, उन्हें बाउंड करके इन्हां ते पैसा लाउणा बड़े बड़े सिंगरां ते जिहड़े साडे मानदो सत्कार योग जिन्ने भी साडे सके, तो उन्होंने वीडियो बड़े बड़े करने, तो वो जो रॉयल्टी से जो ए टू जेड सूँ पता ही आ करते, होली सोली इंचार्ज जो हों कंपनी सी, बट हुण की आ हुण मीडिया चल पिया टेक्नोलॉजी बढ़ गई बहुत ज़्यादा, यूट्यूब फेसबुक हाँ जी इंस्टाग्राम वो हुण जिहड़े सिंगर नवे थोड़ी ऑपरचुनिटी तो मिली है, पर वो हुण हो गया कंपनियां हुण पैसा बहुत घट ला रही हैं। ठीक है चलो आप थोड़ी कलाकारी वाल मुड़ते हैं, आप जो हने हुई ट्रैक आप सुनाया श्रोतियां वो काफ़ी डूंगा और बाबा साहब के जीवन संबंधित जी सी, बाबा साहब के जीवन प्रति गीत गाए जान ये सोच किवें बनी, क्योंकि लोक गायकी दा अपना एक म्यार हुंदा, लोग गायकी दा अपना एक फील्ड है जी, लेकिन बाबा साहब दे मिशन दे संबंध विच गीत गाए जान ये प्रेरणा थानू कित्थों मिली, कौन है थोड़ा प्रेरणा स्रोत? देखो जी मैं जिहड़ी बाबा साहब डॉक्टर भीम राव अंबेडकर साहब नूं क्योंकि चलो मैं जो पढ़ता हुंदा सीगा जी, देखो साढ़े स्कूलों के कॉलेजों के हाले तुसीं पहली तो लैके पंजवीं तो लैके दसवीं बहुत घट तुहानूं इदां दे सानूं चैप्टर जां तुहानूं नहीं पढ़ाया जाता बाबा साहब बारे, तुहानूं जानकारी जदों कि होनी चाहिए है, जिन्होंने देश का संविधान लिखिया, जिन्हें जिहड़े नारी मुक्ति दाता जिन्होंने अपनी कलम के जोर के उत्ते एक जग बटाऊ ने उन्होंने अपन नेता कह सकते हैं कि उन्होंने बारे साढ़े समाज में साढ़े जिहड़े जनरेशन उन्होंने दूर रखा जाता इस चीज़ों को, ये साढ़े लिए मतलब चलो आई होप सरकार इतने काम कर गल चाहते हैं, बट मैं अपनी गल करदा कि तुसीं मैनूं पुछिया कि जो मैं पढ़ता सी उस तो बाद साढ़े बड़े चाचा जी हरबंस बैरदी साहब तो उन्होंने एच एल बैरदी साहब इतों सौताल तो बहुत मतलब उन्हें किताबा लिखी उन्होंने, तो अक्सर वो पंजाब क्योंकि पिंड ललिया तो बिलोंग सानू करते हैं, तो उन्होंने छोटे ब्रदर चमन लाल बैरदी साहब आशा चाची साढ़े, तो वह अक्सर जो उन्होंने साढ़े समाज में बहुत वड्डी देन आ, मैं तुम्हें मैं पूछा भी तुम मूव कि हो गया तुम लिखना कदम लग गया, जो मैं बिरधी परिवार न जुड़िया तो उस बिरधी परिवार के गल देखी जरूर सारे परिवार मैं सारे परिवार की गल करता,
कि उन्हें जो भी गल करनी बाबा साहब की गल करनी तो मैं एक दिन मैं किताबा पढ़िया तो फिर एक साढ़े पिंड जी मैं थोड़ी थोड़ी बहुत बड़ी ट्रैजडी साढ़े हुई साढ़े पिंड क्योंकि साढ़े पिंड है छप्पड़ सगा जी गब्बे साढ़े बसों वाले पास तो वह बेस्ट सगा मतलब ना बंद मतलब खत्म ही सगा पर बंद नहीं किया तो जो ये बिरधी साहब बिरधी परिवार की गल ध्यान से लिया सारे ने कट्ठे होकर भी सर करके गलबात हैगी चलो उ असं मिनिस्टर भी कहा चलो वो गल हो गई तो सर उ असी उस चीज़ न बाबा साहब डॉक्टर अंबेडकर पार्क के नाँ के उत्ते असं शुरू कर लिया काम चलो सरकार ने सू कहता भी चलो तुम कर लो हाँ जी तो वो सू चलो बिरधी परिवार ने बहुत बड़ा जिसे चमला बिरधी साहब ने 1,00,000 रुपये सू पेंडर वास दिता तो हरबंस बिरधी साहब ने बहुत मूहरे होकर फाइट की बहुत NRI साहब ने हाँ जी सू इतों इंग्लैंड तो पैसे उन्होंने करके तो वह सू पार्क बना के दी तो उ फिर असी आगाज़ किया अपने पिंड बाबा साहब डॉक्टर अंबेडकर पार्क का फिर असी अपने महल का नाम भी रखा डॉक्टर अंबेडकर नगर फिर एक असी एक पिंड कम्यूनिटी हॉल बनाया सर जिदे असी गरीब लड़किया का साढ़े भैन भरावान का कोई दुख सुख हाँ जी चो 16-17 लाख रुपया ला के उ बनाया वह भी अभी डॉक्टर अंबेडकर कम्यूनिटी हॉल असी रखे ना वह कि करके बिरधी परिवार का बहुत बड़ा योगदान रहा साड़ी जिंदगी और लिखण के जो अभी बाबा सानू पढ़ लेंगे जी और पे बैक टू सोसायटी हम मेरा काम की है जी मेरा काम यह है कि जे मैं कुछ दे नहीं सकता तो मैं अपने गीतों राही अपने बोलों राही तो जो जो मेरा दो जो मैं कर सकता वह मैं कर सकता हाँ जी बहुत वधिया बहुत खूबसूरत गल मेरा जो सवाल एक्चुअली यह कि क्योंकि जो लोग गायक आ जी उन्होंने जोड़ा गायकी का फील्ड आ वो थोड़ा जहा बखरा हों क्योंकि बाबा साहब के गीत भी सिलेक्ट करने अजक यह हर गायक जोड़ा बाबा साहब के गीत गाने लग पाया क्योंकि एक जमाना सी जिसल हर गायक अपनी स्टेज शुरू करने से पहले एक धार्मिक गीत गाया करता सी जी जां देश प्यार दा गीत गाउणा जां धार्मिक उदू बाद फिर अपनी जिहड़ी लोक गायकी उह शुरू हुंदी सी अजकल यह बहुत कॉमन हो गया कि लोग बाबा साहब का गीत गा के फिर अपनी गायकी शुरू कर दे ये बहुत वधिया गल है मैं तुहानू मुबारकबाद देना इस गल दी बहुत वधिया गल है बाकी जिहड़ा बिरधी परिवार ने तुहाडे पिंड च काम किया आपां उहनां दी भी शलाघा करदे हां लेकिन अजकल आपां सिर्फ संगीत दी करनी है जी अच्छा तुहाडे संगीतक प्रेरणा स्रोत कौन हन किने तुहानू प्रभावित किया भी तू गायक बन ठीक देखो मैं बेनती जी जदों तुसीं तुहाडे अंदर कोई लगन हुंदी आ कुछ करन दी मेरे डैडी स्वर्गवासी गुरबख्श सिंह जी जिहड़े अमेरिका दे विच जिन्हां दी डैथ हो गई तो मेरे पिता जी नूं लिखण दा बहुत शौक सीगा ठीक है पर कई चीज़ां तुहानू पता भी जदों उन्हें फाइट करदे सी पहलां उन्हें काफ़ी लंबा समां उन्होंने दवाई लाया दवाई तो फिर अमेरिका मूव हो गए चलो परिवार से तुम्हें पता जी हम पंजाब के योजे हालात होंगे कि हर एक माँ प्य माँ प्य यह चाहता कि अपने मैं चंगे बच्चे अपने बच्चों को चंगी 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 जिंदगी देव पर उन्होंने कई सुपने इदा से मैं लगता भी वो पूरे नहीं कर सके जिदा कि वो चाहते थे भी उन्होंने गीत रिकॉर्ड हो नावल बहुत बहुत वधिया लिखते थे तो बट वो कई चीज़ इदा बट मैं ये लगता भी उन्होंने DNA मैं ये चीज़ मिली लिखण की और लिखण के नाल नाल गाने भाई वो मैं लगता भी ठीक है धन्यवाद जी क्योंकि जिहड़ा संगीत आ जी इहनू गाउण वास्ते इहनू लोकां विच विचरन वास्ते बहुत जरूरी आ कि संगीत की थोड़ी बहुत सिखलाई होनी चाहिए जी तुसीं गायकी दीआं बरीकियां नूं सिख्या भी जां शौकिया तौर पर तुसीं सिख लिया जदों सर पढ़दे सी उदों शौक सीगा जी जो आप पढ़ते थे उदो शौक से पर जो शौक मैं देखा भी शौक के नाल नाल जे आप इस फील्ड च आना आ तो फिर बरीकियां बारे भी जान लेना चाहिए ठीक है पंडित हरे पंडित हरिदास जी गुराया तो जी हरिदेव जी तो उन्होंने तो काफ़ी अभी क्लासा लाइया तो काफ़ी सिखलाई ली उन्होंने को तो बाद जिहड़े नरेंद्र बीबा जी वो भी उन्होंने शिकायत रहे जी हाँ जी बहुत उन्होंने जी बस तुसी जान दे जी फिर ते उस तो बाद लक्की अपरा जी जिहड़े पंजाब दे मन्ने परमन्ने जिहड़े संगीतकार हैगे जी यंग ते वो भी उन्हां दे शिकायत दे जी
तो फिर उस तो बाद जो तो फिर लक्की जी ने साडा संपर्क हो गया तो लक्की जी तो फिर लक्की अपरा जी तो फिर असी काफ़ी संगीत के बरीकियां का मास्टर हरिदेव नाल भी बैठने का मौका मिला। बिल्कुल जी बिल्कुल बिल्कुल आप पिछे मैं इंडिया इतने यूके आने तो पहले उन्होंने मिल के आया जी मैं तो लक्की अपरा जी दो जने बहुत अच्छे इंसान आ बहुत उन्होंने बड़ी देन है जी बड़ा पंजाब का बहुत वधिया वधिया। अच्छा जरूरी नहीं तो मैं बहुत बहुत बार इदा हो एक्सपीरियंस के तौर पर मैं दसदा जी कि बहुत सारे सिंगर बहुत कामयाब हुए जी लेकिन उन्होंने सिक्ख्या नहीं की जी लेकिन वह गा के दूजे सुन के जी तुसी पहला गुरदास मान की गल की है एक बार एक गुरदास मान ने जिक्र किया गल का वह कहता कि मैं सिक्ख्या नहीं कितों भी जी बिल्कुल अज तो उन्हें बहुत कुछ सीख लिया पर मैं पहली गल कर पाता कहते मैं सिक्ख्या नहीं किसों की वह कहता मैनू शौक आ सुन का नुसरत फतली उस्ताद नुसरत फतेह अली खान साहब जी कहता मैं ये यकीन करदा भी जिन्ना मैं सुनदा मेरे अंदर कुछ तो जाता हो बिल्कुल सच्ची गल बिल्कुल बिल्कुल तो क्योंकि जदों गुरदास मान ने छला गाया तो वह छला बहुत पॉपुलर पर उदू पहला गुला अपने शौकत अली साहब ने छला गाया बिल्कुल गाया जी बिल्कुल गाया जी शौकत अली खान तो पहला जी तफैल ने असी ने गाया जी जी ये छला गुरदास मान तो शुरू नहीं होया ना उत्थे एंड होया गाह भी लोगों ने गाना लोग दत्ता जी सही है जी पर जी गायकी की गल हुंदी कई बार हुंदा कि बंदा सुन सुन के भी वधिया गा लैंदा बिल्कुल जी बिल्कुल मैं होर भी एक दो गायकों नूं इंटरव्यू किया वह भी कहिंदे जी असी तां सुन के ही मैं फलाने सिंह नूं सुणदा मैनूं बहुत चंगा लगता मैं तुहानूं क्योंकि तुसीं जो सुणदे आ कई बंदे बहुत सुरीले है गाँव उन्होंने को सुन सुन के तुम सुर पकनी शुरू कर देंगे जी जी बहुत वधिया गल जी। अच्छा कुलबीर लल्लिया कभी जी आराम बैठा अपने घर चुप करके बैठा सोची पे आया थका फ्रोम करके आया जी जी उन्होंने सुकून चाहिए जी तुम अपने सुकून लेके सुनते हैं देखो ज़्यादातर तो नुसरत अली फतेह खान साहब गुलाम अली खान साहब गुरदास मान साहब हंसराज जी जो साढ़े पंजाब के जोड़े वधिया मास्टर सलीम जी जी वधिया फनकार सुन लीते जी नवें म्यूजिक सुनी दे जी नुसरत फतेह अली खान सुकून दिंदा देखो जी सारी दुनिया दिंदा जी सारी दुनिया दिंदे जी क्योंकि उन्होंने जी सरगम ही इन्नी इन्नी तेज चलती है बंदे की धड़कन होर तेज होती है देखो तुसी सूरजा नूं देखना तुहानूं फिर चेहरे तो थोड़े तो फिर नूर तो आना ही ना जी सुन का यही चीज़ है जी चंगे चंगे पहला जवाब देता जी तुम चंगे आर्टिस्ट सुनोगे चलो आप गा तो नहीं सकते बट कुछ ना कुछ तो आप एनर्जी तो आऊगी ना जी बिल्कुल बिल्कुल नहीं बहुत बहुत वधिया गल क्योंकि आम तौर पर मैं जो बैठा हो जी काम करके थका हो तो मैं दो जो आर्टिस्ट है उन्होंने बहुत क्लोज सुनना एक परवेज मेहंदी क्या बात एक जगजीत सिंह वाह जी जी तो अखा मीट के फिर तुम 10-15 मिनट अद्धा घंटा बह जाओ बाकी हर कलाकार की अपनी एक पहचान होंगी है एक तरीका हों कुछ आर्टिस्ट ने मेरा जाति विवाह भी रहा जी परवेजा जी सू विचर का मौका मिले जगजीत सिंह कई बार मिलने का मौका मिले एक जाति थोड़ी जान पछाण भी हो जाती है गुलाम अली साहब भी मिले जिन्ने भी जो बड़े बड़े फनकार उन्होंने चरणों बैठने का मौका मिलता रहा मिले जी गायकी आई बाबा साहब की गायकी की गल की है बाबा साहब की गायकी मोहन बंगड़ का काफ़ी ना शुरू शुरू हो बहुत चंगे दोस्त रहे जी मोहन बंगड़ जी ਹੁਣ ਬਲਵਿੰਦਰ ਬਿੱਟੂ ਜੀ ਬਲਵਿੰਦਰ ਬਿੱਟੂ ਤਾਂ ਮੇਰਾ ਵੱਡਾ ਭਰਾ ਹੈ ਜੀ ਹਾਂਜੀ ਤੇ ਅਕਸਰ ਮੇਰੇ ਕੋਲ ਘਰ ਆਉਂਦਾ ਜਾਂਦਾ ਰਹਿੰਦਾ ਠੀਕ ਹੈ ਮੈਨੂੰ ਵੀ ਮਿਲਦੇ ਨਹੀਂ ਹਾਂਜੀ ਤੇ ਅਕਸਰ ਮੇਰੇ ਕੋਲ ਕਾਫੀ ਉਹ ਘਰ ਆਉਂਦਾ ਜਾਂਦਾ ਰਹਿੰਦਾ ਤੇ ਚਲੋ ਇੱਕ ਵਾਰੀ ਮੋਹਨ ਬੰਗੜ ਸਾਹਿਬ ਰਤੂ ਰੰਧਾਵੇ ਵਾਲਾ ਸਾਹਿਬ ਵੱਡੇ ਭਾਈ ਸਾਹਿਬ ਸਾਡੇ ਤੇ ਉਹਨਾਂ ਨਾਲ ਅਕਸਰ ਸਾਡਾ ਪਿਆਰ ਹੈ ਦੇਖੋ ਵੀ ਇਹ ਸਾਡੇ ਲੈਜੈਂਡ ਆ ਸਾਡੇ ਸਮਾਜ ਦੇ ਜਿਹੜੇ ਗੱਲ ਕਰਦੇ ਆ ਅੱਜ ਮੋਹਨ ਬੰਗੜ ਸਾਹਿਬ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੀ ਜਿਹੜੀ ਦਿੱਤੀ ਹੋਈ ਜਿਹੜੇ ਉਹਨਾਂ ਦੇ ਗਾਏ ਹੋਏ ਗੀਤ ਆ ਅੱਜ ਵੀ ਲੋਕ ਯਾਦ ਕਰਦੇ ਆ ਕਈ ਕਈ ਨਾ ਗੀਤ ਹੈਗੇ ਗੀਤ ਸ਼ਾਇਦ ਉਦੋਂ ਕੋਈ ਵਧੀਆ ਵੀ ਗਾ ਸਕਦਾ ਹੋਊਗਾ ਲੇਕਿਨ ਜਿਹੜਾ ਉਹਨਾਂ ਗੀਤ ਨੂੰ ਸਟੇਜ 'ਤੇ ਪਰਫੋਰਮ ਕਰਨ ਦਾ ਜਿਹੜਾ ਤਰੀਕਾ ਸੀ ਜਿਸ ਤਰੀਕੇ ਨਾਲ ਉਹ ਗੱਲ ਕਰਦੇ ਸੀ ਸਟੇਜ 'ਤੇ ਜੀ ਉਹ ਉਹਨਾਂ ਦਾ ਆਪਣਾ ਹੀ ਸੀ ਉਹਦਾ ਬਦਲ ਨਹੀਂ ਹੋਇਆ ਹਾਲੇ ਤੱਕ ਉਸ ਲੈਵਲ ਦੀ ਗੱਲ ਸਟੇਜ 'ਤੇ ਆਪਣੇ ਪਰਫੋਰਮ ਪੇਸ਼ ਕਰਨ ਹੋਰ ਕੋਈ ਹਾਲੇ ਤੱਕ ਕਰ ਸਕਿਆ ਅੱਛਾ ਆਪਾਂ ਹੁਣ ਮਿਸ਼ਨ ਕਿਉਂਕਿ ਥੋੜ੍ਹੀ ਜਿਹੜੀ ਗਾਇਕੀ ਆਪਾਂ ਤੁਹਾਡੀ ਨਰੋਲ ਗਾਇਕੀ ਦੀ ਗੱਲ ਕਰਨੀ ਹੈ ਮਿਸ਼ਨ ਦੀ ਗੱਲ ਹੋ ਗਈ ਇੱਥੇ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਤੁਸੀਂ ਮਿਸ਼ਨ ਵਿੱਚ ਵਿਚਰਦੇ ਹਾਂ ਵਧੀਆ ਕਰਦੇ ਹਾਂ
ਤੁਹਾਡਾ ਲੋਕ ਗਾਇਕੀ ਵੱਲ ਵੀ ਰੁਝਾਨ ਹੈ ਕਾਫੀ ਵਧੀਆ ਜੀ ਤੇ ਤੁਸੀਂ ਲੋਕ ਗਾਇਕੀ ਵਿੱਚ ਜਿੱਥੇ ਵਿਚਰਦੇ ਆ ਉੱਥੇ ਤੁਸੀਂ ਗਾਇਆ ਵੀ ਆ ਬੜੇ ਬੜੇ ਫਨਕਾਰਾਂ ਦੇ ਨਾਲ ਤੁਸੀਂ ਆਪਣੇ ਗੀਤ ਗਾਏ ਆ ਜੀ ਜੀ ਜਿਹੜੀ ਲੋਕ ਗਾਇਕੀ ਦਾ ਜਿਹੜਾ ਪਿਛੋਕੜ ਆ ਤੁਹਾਡਾ ਕਿਉਂਕਿ ਮਿਸ਼ਨ ਦੇ ਵਿੱਚ ਗਾਉਣਾ ਮਿਸ਼ਨ ਦੇ ਪ੍ਰਤੀ ਗਾਉਣਾ ਗੱਲ ਹੋਰ ਹੈ ਨਿਰੋਲ ਲੋਕ ਗਾਇਕੀ ਦੀ ਗੱਲ ਕਰਦੇ ਹਾਂ ਇਹ ਤਾਂ ਇੱਕ ਆਪਣਾ ਪਿਛੋਕੜ ਆ ਜੀ ਜੀ ਮੈਂ ਬੜਾ ਤੁਹਾਡਾ ਧੰਨਵਾਦ ਕਰਾਂਗਾ ਅਗਰ ਤੁਸੀਂ ਕੰਸਟਰੀ ਦੇ ਸਰੋਤਿਆਂ ਨਾਲ ਇਹ ਸਾਂਝ ਪਾਓ ਕਿਉਂਕਿ ਜਿਹੜੀ ਲੋਕ ਗਾਇਕੀ ਆ ਅੱਜ ਕੱਲ੍ਹ ਬੰਬਾਂ 'ਚ ਯਕੀਨ ਰੱਖਣ ਲੱਗ ਪਈ ਜਾਂ ਧੀਆਂ ਭੈਣਾਂ ਨੂੰ ਬਗਲਾਉਣ ਦੀ ਗੱਲ ਕਰਨ ਲੱਗ ਪਈ ਜਾਂ ਮਾਰ ਧੀੜ ਮਾਰ ਧਾੜ ਦੀ ਗੱਲ ਕਰਨ ਲੱਗ ਪਈ ਜੀ ਲੋਕ ਗਾਇਕੀ ਤੁਸੀਂ ਕਿੱਧਰ ਨੂੰ ਜਾਂਦਾ ਦੇਖਣਾ ਚਾਹੁੰਦੇ ਆ ਦੇਖੋ ਗੱਲ ਜੀ ਇਹ ਆ ਬਈ ਅੱਜ ਦਾ ਜਿਹੜਾ ਸਮਾਂ ਨਾ ਜੀ ਜੇ ਤੁਸੀਂ ਸਾਡੀ ਲਾਈਫ ਬਾਰੇ ਪੁੱਛਦੇ ਹੋ ਕਲਾਕਾਰਾਂ ਦੀ ਲਾਈਫ ਬਾਰੇ ਦੇਖੋ ਜਿਹੜੇ ਅੱਜ ਕੱਲ੍ਹ ਦੀ ਜਿਹੜੀ ਨਵੀਂ ਪੀੜ੍ਹੀ ਆ ਉਹ ਜੋ ਸੁਣਦੀ ਆ ਉੱਥੇ ਬਿਲੀਵ ਵੀ ਕਰਦੇ ਕਈ ਬੰਦੇ ਉਸ ਚੀਜ਼ ਨੂੰ ਫੋਲੋ ਵੀ ਕਰਦੇ ਆ ਅਸੀਂ ਦੇਖਿਆ ਪੰਜਾਬ ਦੇ ਵਿੱਚ ਇਹ ਚੀਜ਼ਾਂ ਅਤੇ ਮੈਂ ਸਮਝਦਾ ਕਿ ਸਾਫ਼ ਸੁਥਰੀ ਗਾਇਕੀ ਹੋਣੀ ਚਾਹੀਦੀ ਆ ਸਾਫ਼ ਸੁਥਰੀ ਲਿਖਣੀ ਹੋਣੀ ਚਾਹੀਦੀ ਆ ਜਿਹ 'ਚ ਸਾਨੂੰ ਕੋਈ ਮੈਸੇਜ ਵੀ ਹੋਣਾ ਚਾਹੀਦਾ ਸਾਡੇ ਸਮਾਜ ਪ੍ਰਤੀ ਮੈਂ ਨਹੀਂ ਕਹਿੰਦਾ ਕਿਸੇ ਨੂੰ ਕੋਈ ਚੰਗਾ ਮਾੜਾ ਲਿਖਦਾ ਜਾਂ ਦੇਖੋ ਹਰ ਇੱਕ ਬੰਦੇ ਨੂੰ ਆਪਣਾ ਰਾਈਟ ਆ ਜੀ ਠੀਕ ਹੈ ਜੀ ਉਹ ਬੰਦਾ ਕੌਣ ਕਿੱਦਾਂ ਕੰਮ ਕਰਦਾ ਮੈਂ ਆਪਾਂ ਕਿਸੇ 'ਤੇ ਟਿੱਪਣੀ ਨਹੀਂ ਕਰਦੇ ਬਟ ਇਹ ਹੈਗੀ ਆ ਵੀ ਜੇ ਤੁਸੀਂ ਚੰਗਾ ਗਾਉਂਗੇ ਔਰ ਚੰਗਾ ਤੁਸੀਂ ਹੁਣ ਜਗਜੀਤ ਸਿੰਘ ਜੀ ਦਾ ਨਾਮ ਲਿਆ ਗੁਲਾਮ ਅਲੀ ਸਾਹਿਬ ਦਾ ਨਾਮ ਲਿਆ ਦੇਖੋ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਦੋਂ ਤੱਕ ਰਹਿੰਦੀ ਦੁਨੀਆ 'ਚ ਰਹਿਣਾ ਉਹਨਾਂ ਨੇ ਉਹਨਾਂ ਨੂੰ ਲੋਕ ਯਾਦ ਕਰਦੇ ਬਸ ਇਹ ਵਿੱਚ ਚੰਗਾ ਤੁਸੀਂ ਗਾਉਂਗੇ ਔਰ ਚੰਗਾ ਲਿਖੋਗੇ ਔਰ ਚੰਗਾ ਸੁਣੋਗੇ ਬਹੁਤ ਲੰਬਾ ਤੁਸੀਂ ਚੱਲ ਜਾਂਦੇ ਆ ਬਾਕੀ ਠੀਕ ਹੈ ਬਾਕੀ ਹੁਣ ਜਿਹੜਾ ਮਾੜ ਤਰਾੜੇ ਆ ਬੰਬਾ ਵਾਲੇ ਹੈਗੇ ਆ ਤਾਂ ਫਿਰ ਉਹਦਾ ਬਹੁਤਾ ਠੀਕ ਨਹੀਂ ਹੈਗਾ ਉਹ ਗੱਲ ਮੈਂ ਤਾਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਅੱਛਾ ਕੁਰਬੀ ਲੱਲੀਆਂ ਜੀ ਜੇ ਮੈਂ ਤੁਹਾਡੇ ਕੋਲੋਂ ਕਿਸੇ ਗਾਣੇ ਦੀ ਮੁਖੜਾ ਜਾਂਤਰਾ ਨਾ ਸੁਣਾ ਤਾਂ ਮੇਰਾ ਖਿਆਲ ਹੈ ਮੈਂ ਸਰੋਤਿਆਂ ਨਾਲ ਇਨਸਾਫ਼ ਨਹੀਂ ਕਰ ਰਿਹਾ ਹੋਵਾਂਗਾ ਤੁਹਾਡੇ ਕੋਈ ਮਨਪਸੰਦ ਗੀਤ ਤੁਹਾਡਾ ਆਪਣਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਜੇ ਤੁਸੀਂ ਸਾਡਾ ਸਾਂਝਾ ਕਰੋਗੇ ਤਾਂ ਬਹੁਤ ਵਧੀਆ ਹੋਊਗਾ ਕੋਈ ਵੀ ਮੈਂ ਪਹਿਲਾਂ ਬਾਬਾ ਸਾਹਿਬ ਗਾ ਖਣ ਜੇ ਹੋਰ ਕੋਈ ਚੇਤਾ ਨਹੀਂ ਤਾਂ ਉਹ ਵੀ ਗਾ ਸਕਦੀ ਜਿਹੜਾ ਵੀ ਤੁਹਾਡੇ ਮਨ ਲੱਗਦਾ ਨਹੀਂ ਕੋਈ ਗੱਲ ਨਹੀਂ ਜੀ ਮੈਂ ਜਿਹੜਾ ਮੇਰਾ ਇੱਕ ਗੀਤ ਆਇਆ ਸੀਗਾ ਜਿਹੜਾ ਹੁਣ ਰੀਸੈਂਟਲੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਆਇਆ ਉਹਦਾ ਮੈਂ ਤੁਹਾਨੂੰ ਸਤਾਈ ਸਕਦਾ ਠੀਕ ਹੈ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਜੇ ਤੁਹਾਡੀ ਹੋਰ ਵੀ ਭਜਾ ਪਊਗੀ ਪੂਰੀ ਗੱਲ ਆ ਕੇ ਆਪਾਂ ਉਹ ਅੱਜ ਗੱਡੀਆਂ 'ਚ ਘੁੰਮਦੇ ਉਹ ਮੱਤਾਂ ਅੰਬਰ ਦਾ ਚੁੰਮਦੇ ਉਹ ਅੱਜ ਗੱਡੀਆਂ 'ਚ ਘੁੰਮਦੇ ਉਹ ਮੱਤਾਂ ਅੰਬਰ ਦਾ ਚੁੰਮਦੇ ਉਹ ਸਾਡਾ ਇੱਕੀ ਇੱਕ ਹੱਕ ਉੱਚ ਲਿਖਿਆ ਇੱਕੀ ਇੱਕ ਹੱਕ ਉੱਚ ਲਿਖਿਆ ਉਹ ਪਤਾ ਲੱਗ ਗਿਆ ਮੋਲ ਦਾ ਕੌਂਸਟੀਟਿਊਸ਼ਨ ਮਾਨ ਮੇਰੇ ਦੇਸ਼ ਦਾ ਜਿਹਦੇ 'ਚੋਂ ਭੀਮ ਰਾਓ ਬੋਲਦਾ ਜਿਹਦੇ 'ਚੋਂ ਬਾਬਾ ਸਾਹਿਬ ਬੋਲਦਾ ਜਿਹਦੇ 'ਚੋਂ ਸਾਡਾ ਹੱਕ ਬੋਲਦਾ ਬਹੁਤ ਅੱਛੀ ਕਿਆ ਬਾਤ ਹੈ ਰੌਂਗਟੇ ਖੜੇ ਕਰਤੇ ਉਹਦੇ ਜਿਹੜੀ ਗਾਇਕੀ ਆਪਾਂ ਗੱਲ ਕਰਦੇ ਲੋਕ ਗਾਇਕੀ ਵਿੱਚ ਬਹੁਤ ਬੜੇ ਬੜੇ ਥੰਮ ਹੋਏ ਆ ਜਿਹੜੀ ਗਾਇਕੀ ਆ ਅੱਜ ਕੱਲ੍ਹ ਦੋਨਾਂ ਮੁਲਕਾਂ ਦੀ ਸਾਂਝੀ ਹੋ ਗਈ ਪਾਕਿਸਤਾਨ ਦੀ ਅਤੇ ਇੰਡੀਆ ਦੀ ਜੀ ਬਹੁਤ ਅੱਛੇ ਅੱਛੇ ਕਿਉਂਕਿ ਪਹਿਲਾਂ ਇੱਕ ਵਕਤ ਸੀਗਾ ਸਾਂਝ ਨਹੀਂ ਸੀ ਆਪਾਂ ਆਪਣੇ ਦੇਸ਼ ਦੇ ਗੀਤ ਲੈਂਦੇ ਸੀ ਉਹੀ ਗਾਉਂਦੇ ਸੀਗੇ ਅੱਜ ਕੱਲ੍ਹ ਪਾਕਿਸਤਾਨ ਤੋਂ ਸ਼ਾਇਰੀ ਇੰਡੀਆ ਆ ਗਈ ਇੰਡੀਆ ਦੀ ਗਾਇਕੀ ਪਾਕਿਸਤਾਨ ਚਲੇ ਗਈ ਅੱਛਾ ਤੁਹਾਡੇ ਪਰਿਵਾਰ 'ਚ ਹੋਰ ਵੀ ਕੋਈ ਸੰਗੀਤ ਨਾਲ ਸੰਬੰਧਿਤ ਨਹੀਂ ਮੇਰੇ ਪਰਿਵਾਰ ਦੇ ਵਿੱਚੋਂ ਨਹੀਂ ਕੋਈ ਨਹੀਂ ਹੈਗਾ ਜੀ ਮੇਰੇ ਡੈਡੀ ਜੀ ਨੂੰ ਮੈਂ ਦੱਸਿਆ ਮੇਰੀ ਬੇਨਤੀ ਹੈ ਜੀ ਮੇਰੇ ਡੈਡੀ ਜੀ ਨੂੰ ਗੀਤ ਲਿਖਣ ਦਾ ਬਹੁਤ ਸ਼ੌਕ ਸੀਗਾ ਠੀਕ ਹੈ ਅਤੇ ਗਾਇਕੀ ਵਾਲਾ ਨਹੀਂ ਕੋਈ ਸਾਡੇ ਪਰਿਵਾਰ 'ਚ ਸੀਗਾ ਕੋਈ ਠੀਕ ਹੈ ਅੱਛਾ ਤੁਸੀਂ ਹੁਣ ਤੱਕ ਕਿੰਨੇ ਕੁ ਗੀਤ ਗਾਏ ਹੋਗੇ ਮੈਂ ਤਕਰੀਬਨ ਸਰ ਜੇ ਤੁਸੀਂ ਲਾ ਪਾ ਕੇ ਲਈਏ ਆਪਾਂ 20-25 ਗੀਤ ਮੈਂ ਗਾ ਚੁੱਕਿਆ ਇਸ ਵੇਲੇ ਠੀਕ ਹੈ ਜੀ ਤੁਸੀਂ ਆਪਣੀ ਗਾਇਕੀ ਦਾ ਜ਼ੋਰ ਦਿਖਾਉਣ ਵਾਸਤੇ ਜੀ ਪੰਜਾਬ ਤੋਂ ਸਿਵਾ ਦੂਏ ਮੁਲਕਾਂ 'ਚ ਐਜ਼ ਏ ਗਾਇਕ ਗਏ ਹੋ ਹਾਂਜੀ ਮੈਂ ਹੁਣ ਤਾਂ ਸਾਡੇ ਕੋਲ ਬੈਠੇ ਨਹੀਂ ਨਹੀਂ ਜੀ ਹਾਂਜੀ ਮੈਂ ਪਹਿਲਾਂ ਉਹ ਤੋਂ ਪਹਿਲਾਂ ਮੈਂ ਮਲੇਸ਼ੀਆ ਵੀ ਜਾ ਕੇ ਆ ਸਕਦਾ ਜੀ ਮੈਂ ਦੁਬਈ ਵੀ ਜਾ ਕੇ ਆਇਆ ਅਤੇ ਕਾਫੀ ਕੰਟਰੀ ਦੇ ਉੱਤੇ ਗਏ ਸੀ ਹਾਂਜੀ ਕਿਹੜੇ ਦੇਸ਼ ਵਿੱਚ ਤੁਹਾਨੂੰ ਸਰੋਤੇ ਵਧੀਆ ਲੱਗਦੇ ਆ ਮੈਂ ਤਾਂ ਜੀ ਮੈਂ ਤਾਂ ਇੰਗਲੈਂਡ ਕਹੂੰਗਾ ਜੀ ਮੈਂ ਤਾਂ ਇੰਗਲੈਂਡ ਜੋ ਪਿੱਛੇ ਹੋਇਆ ਜੀ ਉਹ ਤਾਂ ਮੈਂ
वो भी गुड गुड एक्सपीरियंस थी बट हम इतने दे इतने मैं एक गल के जरूर देखी है मैं गल नोट की है कि जिनी बाबा साहब की डॉक्टर अंबेडकर साहब की जिनी मूवमेंट इतने अज मैं देखी कल तो मैं देख के बड़ा शॉक होया कि यार असी तो पंजाब रेंदे हाँ असी इन्ने मत साडे लोग इन्ने तेज तरार नहीं है जिन्ना फिक्र साडे एन आर आई भरावां नूं साडे पंजाब प्रति हैगा तो मैं बहुत हैप्पी हाँ और मैं होप ही करदा हाँ कि जिहड़े जो साडे एन आर आई भरा साडे लई सोचदे आ शायद शायद कदे पूरा पूरा हो जाए। अच्छा जिहड़ी तुहाडी जिहड़ी गायकी आ जी गीत तुसीं खुद ही लिखदे सारे जां किसे होर दे लैंदे आ? नहीं इदा की गल नहीं है कोई भी बी एक्चुअली सर पता की है जी क्योंकि बहुत लंबा समा मैं मतलब गी मैं मतलब एज ए राइटर ही काफ़ी सिंगर ने मेरे गीत गाए आ कई फिल्मों में मैं गीत दिते अपने तो वो गल ये है भी मतलब जिदा हूँ काफ़ी मतलब जो मैडम सिब्बो ने मेरा गीत आया तो उस तो बाद काफ़ी मैं सिंगर नामवर सिंगर का मैंने टैलीफोन भी आया भी आप बह के आप इकट्ठे काम करिए बाकी देखते हैं कि हो जाएगा बाकी कोई गल नहीं बाकी मैटर चलता पे देखा। अच्छा कोई एक सिंगर जोड़ा थोनू बहुत चंगा लगता हो? देखो सिंगर मैं सारे चंगे लगते जी मेरे सारे चंगे नहीं होते सारे चंगे सारे चंगे जी ठीक है क्योंकि गायकी बिच जरा अंदाज जी सिलेक्ट करना जी जी जिदा कराने है पटियाला कराना दिल्ली कराना जी जी शाम चौरासी कराना जी जी जो थोड़ा पता हो तो क्लासिकल देख जी बिल्कुल बिल्कुल सर बिल्कुल तो तुम अपने आप को कहोजा स्टाइल देना चाहते जो मैं मतलब जो मैं कन्वीर ले लिया गल कर मैं डाउन टू अर्थ बंदा जी बहुत मैं क्लासिकल नहीं है मैं दसदा जी मैं स्टाइल की गल दस लगा मैं तो जमीनी पद्धर से रह के लोगों की गल करने वाला बंदा मैं जो लिखता हाँ जो मैं सोसायटी जो दीदा जो मैं किसी लगता भी वो यार वो किसी ने लड़ाई हुई झगड़ा होया वह की इफेक्ट मेरे माइंड मेरे माइंड की होता मैं लिख लैंदा मैं कई बार रात को 2 बजे भी बह के लिखदा कई बार मैं लगता मैं गड्डी चला मैं गड्डी साइड से करके मैं लिख लैंदा मतलब तो तुम तो जानते हो आप लिखते हो जी कोई इधर थॉट दिमाग च आ जाता फिर उस चीज़ को किदा मतलब जो आप सोसायटी सू दिसदा विचरदा आ जो मेरी जिंदगी मेरा एक्सपीरियंस मैं उही लिखदा। गायकी के संबंध में पहला बहुत सारे सिंगर का जिक्र किया जी सरदूल सिकंदर का अपना बिल्कुल जी स्टाइल से हंसराज का अपना स्टाइल आ नुसरत साहब का अपना स्टाइल से जी तो एक सिंगर होया सुरजीत बंदरखिया बिल्कुल जी बिल्कुल बिल्कुल ओदा अपना अलग स्टाइल बिल्कुल जी यमले दा अपना स्टाइल बिल्कुल जी बिल्कुल एक ਤੁਸੀਂ ਹੁਣੇ ਜ਼ਿਕਰ ਕਰ ਕਰੇ ਹਰੀਦੇਵ ਉਹਨਾਂ ਦਾ ਆਪਣਾ ਸਟਾਈਲ ਸੀ ਉਹਨਾਂ ਦਾ ਸ਼ਿਗਰਤ ਸੀ ਇੱਕ ਜੀ ਬੰਗੜ ਉਹਦਾ ਨਾਮ ਸੀ ਪਾਸੜੇ ਦਾ ਸ਼ਾਇਦ ਸਮਥਿੰਗ ਜੀ ਜੀ ਉਹਦਾ ਆਪਣਾ ਸਟਾਈਲ ਸੀ ਜੀ ਜੀ ਕਿਉਂਕਿ ਹਰ ਇੱਕ ਜਿਹੜਾ ਗਾਇਕ ਆ ਉਹ ਆਪਣੇ ਆਪ ਆਪਣੇ ਸਟਾਈਲ ਦੇ ਨਾਲ ਚੱਲਦਾ ਬਿਲਕੁਲ ਜੀ ਤੇ ਅਗਰ ਤੁਹਾਡਾ ਆਪਣਾ ਸਟਾਈਲ ਨਹੀਂ ਹੈ ਜਾਂ ਤੁਸੀਂ ਕਿਨੇ ਵੀ ਜਿੱਦਾਂ ਦਾ ਉਦਾਂ ਦਾ ਗਾਣਾ ਫੇਰ ਕਿਤੇ ਨਾ ਕਿਤੇ ਜਿਹੜੀ ਉਹ ਡਾਊਟ ਜੀ ਰਹਿੰਦੀ ਆ ਉਹ ਲਿਖਿਆ ਜਾਵੇ ਮੈਂ ਉਹਦੇ ਵਾਂਗੂ ਗਾਰਮਾ ਨਹੀਂ ਮੈਂ ਕਿਸੇ ਦੀ ਕਾਪੀ ਜਿੱਦਾਂ ਜਿੱਦਾਂ ਹੁਣ ਸਾਬਰਕੋਟੀ ਸੀ ਜੀ ਸਰ ਸਾਬਰਕੋਟੀ ਦਾ ਇੱਕ ਆਪਣਾ ਟੋਟਲੀ ਅੰਦਾਜ਼ ਦਾ ਵੱਖਰਾ ਸੀ ਹਾਲਾਂਕਿ ਹੰਸਰਾਜ ਵੀ ਪੂਰਨ ਸ਼ਾਹਕੋਟੀ ਦਾ ਸ਼ਗਿਰਦ ਦਾ ਔਰ ਪੂਰਨ ਆਪਣੇ ਪੂਰਨ ਸ਼ਾਹਕੋਟੀ ਦਾ ਸ਼ਗਿਰਦ ਸੀ ਅਤੇ ਸਾਬਰਕੋਟੀ ਵੀ ਉਹਦਾ ਸ਼ਗਿਰਦ ਆ ਸਲੀਮ ਵੀ ਉਹਦਾ ਸ਼ਗਿਰਦ ਆ ਲੇਕਿਨ ਜਿਹੜਾ ਸਟਾਈਲ ਆ ਉਹ ਥੋੜ੍ਹਾ ਵੱਖਰਾ ਨਹੀਂ ਦੇਖੋ ਇਹ ਤਾਂ ਸਾਡੇ ਲੈਜੈਂਡ ਬੰਦੇ ਆ ਦੇਖੋ ਇਹਨਾਂ ਦੀ ਤਾਂ ਬਹੁਤ ਵੱਡੇ ਆਰਟਿਸਟ ਆ ਅਤੇ ਬਾਕੀ ਇਹ ਗੱਲ ਹੈਗੀ ਆ ਕਿ ਮੈਂ ਆਪਾਂ ਮੈਂ ਨਹੀਂ ਕਾਪੀ 'ਚ ਬਿਲੀਵ ਕਰਦਾ ਕਾਪੀ ਤਾਂ ਫਿਰ ਕਾਪੀ ਹੁੰਦੀ ਨਾ ਜੀ ਹਾਂਜੀ ਹਾਂਜੀ ਇਹ ਤਾਂ ਤੁਸੀਂ ਦੇਖਣਾ ਮੇਰੇ ਸਾਹਮਣੇ ਦੇਖਣਾ ਵੀ ਕੁਲਵੀਰ ਚੰਗਾ ਗਾਉਂਦਾ ਆ ਉਹਦੀ ਆਪਣੀ ਛਵੀ ਹੈ ਕਿ ਨਹੀਂ ਮਤਲਬ ਮੈਂ ਇਹ ਬਿਲੀਵ ਕਰਦਾ ਵੀ ਜੋ ਮੈਂ ਹੈਗਾ ਆ ਮੈਂ ਉਹ ਦਿਸਾਂ ਜੋ ਮੈਂ ਗਾਉਂਦਾ ਉਹ ਸਮਝ ਆਉਂਦੀ ਆ ਜੋ ਮੈਂ ਜੋ ਮੇਰੀ ਪਰਸਨੈਲਿਟੀ ਲੋਕਾਂ ਦੇ ਵਿੱਚ ਮੈਂ ਸਹੀ ਤਰੀਕੇ ਨਾਲ ਸੁਸਾਇਟੀ 'ਚ ਜਾ ਰਿਹਾ ਜੋ ਤੁਸੀਂ ਮੂਵ ਹੋ ਗਏ ਤੁਸੀਂ ਮਤਲਬ ਕਾਮਯਾਬ ਤੁਸੀਂ। ਅੱਛਾ ਤੁਸੀਂ ਜ਼ਿਆਦਾ ਜਿਹੜੇ ਤੁਹਾਡੇ ਸ਼ੋਅ ਹੁੰਦੇ ਆ ਜੀ ਜੀ ਉਹ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਗਾਇਕੀ ਦੇ ਹੁੰਦੇ ਆ ਜਾਂ ਤੁਹਾਡੇ ਲੋਕ ਗਾਇਕੀ ਦੇ ਪ੍ਰਤੀ ਹੁੰਦੇ ਆ? ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਬਾਬਾ ਸਾਹਿਬ ਨੂੰ ਗਾਉਣਾ ਪੜ੍ਹਨਾ ਇਹ ਮੇਰਾ ਪੇਬੈਕ ਸੁਸਾਇਟੀ ਆ ਇਹ ਮੈਨੂੰ ਜ਼ਰੂਰੀ ਨਹੀਂ ਹੈ ਕਿ ਮਤਲਬ ਮੈਂ ਪੰਜਾਬੀ ਸਿੰਗਰ ਹਾਂ ਜਾਂ ਮੈਂ ਲੋਕ ਗਾਇਕ ਹਾਂ ਮਤਲਬ ਮੇਰੀ ਚੀਜ਼ ਉੱਤੇ ਨਾ। ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਕੌਣ ਨਹੀਂ ਗਾਉਂਦਾ ਸੋਨੂ ਨਿਗਮ ਸਾਹਿਬ ਨੇ ਗਾਇਆ ਸਾਰੇ ਗਾਉਂਦੇ ਸਾਰੇ ਹਾਲੀਵੁੱਡ ਦੇ ਵਿੱਚ ਬਾਲੀਵੁੱਡ ਦੇ ਵਿੱਚ ਕਹਿ ਨਹੀਂ ਗਿਆ ਸਾਰੇ ਗਾਉਂਦੇ ਪਏ ਤਾਂ ਬਾਬਾ ਸਾਹਿਬ ਸਾਡੇ ਮਹਾਨ ਡਰਾਈਵਰ ਹੋਏ ਸਾਡੇ ਵੱਡੀ ਗੱਲ ਆ ਯਾਰ ਇਸ ਕਰਕੇ ਅਤੇ ਇਹ ਤਾਂ ਮੇਰਾ ਮੇਰੀ ਬੇਨਤੀ ਹੈ ਜੀ ਮੈਂ ਕਲਾਕਾਰ ਦੇ ਨਾਲ ਹੁੰਦੇ ਹੋ ਮੈਂ ਤਾਂ ਪੇਬੈਕ ਨਹੀਂ ਮੈਂ ਇਹ ਨਹੀਂ ਕਿਹਾ ਤੁਸੀਂ ਕਿਉਂ ਗਾਉਂਦੇ ਮੈਂ ਕਿਹਾ ਤੁਹਾਡੀ ਜਿਹੜੀ ਆਪਣੀ ਸਟੇਜ ਆ ਜੀ ਜੀ
ਤੁਸੀਂ ਜ਼ਿਆਦਾ ਸਟੇਜਾਂ ਵਾਸਤੇ ਮਿਸ਼ਨ ਪ੍ਰਤੀ ਕੀਤੀਆਂ ਜਾਂ ਜ਼ਿਆਦਾ ਸਟੇਜਾਂ ਤੁਸੀਂ ਲੋਕ ਗਾਇਕੀ ਪ੍ਰਤੀ ਕੀਤੀਆਂ? ਦੇਖੋ ਹਾਂਜੀ, ਦੇਖੋ ਜੀ, ਜਿੱਥੇ ਮੈਨੂੰ ਅਪਰੋਚ ਹੁੰਦੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ, ਜਿੱਥੇ ਮੈਨੂੰ ਲੱਗਦਾ ਹੈ ਮੈਨੂੰ ਜਾਣਾ ਚਾਹੀਦਾ ਜਾਂ ਮੇਰਾ ਸਾਨੂੰ ਲੱਗਦਾ ਕਿ ਉੱਥੇ ਮੈਨੂੰ ਜਾਣਾ ਬਣਦਾ ਆ ਜਾਂ ਮੇਰਾ ਕੋਈ ਦੋਸਤ ਸੱਜਣ ਮੇਰੇ ਸਾਡੇ ਹੈਗੇ ਆ ਜਦੋਂ ਕੰਟੈਕਟ ਹੁੰਦੇ ਆ ਇਹ ਜਾਈਦਾ ਵੀ ਆ। ਠੀਕ ਹੈ, ਜਿੱਥੇ ਬਣੋ ਉੱਥੇ ਬਣੀ ਜਾਈਦਾ। ਹਾਂਜੀ, ਜੋ ਮੇਰਾ ਰੋਲ ਬਣਦਾ ਜੀ। ਅੱਛਾ, ਤੁਹਾਡਾ ਇੱਕ ਗੀਤ ਜੀ ਨਸੀਬੋ ਨਾਲ ਆਉਂਦੇ ਆ ਜੀ, ਨਸੀਬੋ ਨਾਲ ਨਾ ਵੀ ਸਾਡਾ ਸੰਪਰਕ ਇੱਦਾਂ ਹੁੰਦਾ ਹੋ ਜਾਂਦਾ ਕੋਈ ਗੱਲ ਨਹੀਂ। ਅੱਛਾ, ਤੁਹਾਡਾ ਉਹਦੇ ਨਾਲ ਗਾਉਣ ਦਾ ਜਿਹੜਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਦੇਖੋ ਜੀ, ਨਸੀਬੋ ਲਾਲ ਜਿਹੜੀ ਪਾਕਿਸਤਾਨੀ ਆਰਟਿਸਟ ਹੈ, ਸਾਡੀ ਵੱਡੀ ਭੈਣ, ਮੈਂ ਤਾਂ ਭੈਣੇ ਹੀ ਕਹੂੰਗਾ ਉਹਨੂੰ। ਦੇਖੋ ਉਹ ਤਾਂ ਬਹੁਤ ਇਸ ਵੇਲੇ ਲੈਜੈਂਡ ਆ, ਕਿਉਂਕਿ ਨੂਰ ਜਹਾਂ ਮੈਡਮ ਤੋਂ ਬਾਅਦ ਉਹਨਾਂ ਦਾ ਨਾਂ ਤਾਂ ਦੁਨੀਆ ਦੇ ਵਿੱਚ। ਅਤੇ ਮੈਂ ਬੜਾ ਲੱਕੀ ਹਾਂ ਵੀ ਇਸ ਚੀਜ਼ ਵਿੱਚ ਕਿ ਪੰਜਾਬ ਦੇ ਵਿੱਚ ਗਿਣਵਾਂ ਚੁਣਵੇਂ ਸਿੰਗਰ ਆ ਜਿਨ੍ਹਾਂ ਦੇ ਵਿੱਚ ਮਤਲਬ ਮੈਂ ਸਮਝਦਾ ਆਪਣੇ ਆਪ ਨੂੰ ਕਿ ਮੈਂ ਕਿ ਮਤਲਬ ਉਹਨਾਂ ਨਾਲ ਮੈਨੂੰ ਇਹ ਕੋਲੈਬੋਰੇਸ਼ਨ ਕਰਨ ਦਾ ਮੌਕਾ ਮਿਲ ਗਿਆ ਮੈਨੂੰ। ਹਾਂਜੀ, ਅਤੇ ਹੁਣ ਤੁਸੀਂ ਪੁੱਛਿਆ ਵੀ ਇਹ ਸੁਭਾਵ ਕਿੱਦਾਂ ਬਣਿਆ ਜੀ। ਦੇਖੋ ਇਹ ਗੀਤ ਜਿਹੜਾ ਆਪਾਂ ਦੋਵੇਂ ਬਦਨਾਮ ਹੋ ਗਏ ਤੂੰ ਮੇਰੇ ਕਰਕੇ ਮੈਂ ਤੇਰੇ ਕਰਕੇ, ਜਿਹੜਾ ਗੀਤ ਬੜਾ ਹਿੱਟ ਹੋਇਆ ਜੀ ਸਾਡਾ ਉਹ, ਅਤੇ ਉਹ ਗੀਤ ਨਸੀਬੋ ਨਾਲ ਜੀ ਨਾਲ, ਕਿਉਂਕਿ ਗੀਤ ਆਲਰੇਡੀ ਕੰਪਨੀ ਨੇ ਮੈਨੂੰ ਕਹਿਤਾ ਕਿ ਗੋ ਹੈਡ ਤੂੰ ਗੀਤ ਕਰਦੇ ਇਹ, ਮੈਂ ਸਟੂਡੀਓ ਚਲਾ ਗਿਆ, ਲੱਕੀ ਜੀ ਨੇ ਮੇਰੀ ਰਿਕਾਰਡਿੰਗ ਹੋ ਗਈ, ਇਹ ਟੇਕ ਫਾਈਨਲ ਹੋ ਗਿਆ ਸਾਰਾ ਕੁਛ। ਉਹ ਮੈਨੂੰ ਕਹਿੰਦੇ ਲੱਕੀ ਅਪਰਾ ਸਾਹਿਬ ਕਹਿੰਦੇ ਯਾਰ ਮੈਨੂੰ ਕੋਈ ਗੱਲ ਖੜਕਦੀ ਆ। ਮੈਂ ਕਿਹਾ ਜੀ ਕੀ ਗੱਲ ਹੋਈ? ਕਹਿੰਦਾ ਵੀ ਜੇ ਇਹ ਗੀਤ ਕਿਤੇ ਮਤਲਬ ਯਾਰ ਫੀਮੇਲ ਸਿੰਗਰ ਗਾ ਦੇਵੇ। ਚਲੋ ਮੈਂ ਕਿਹਾ ਜੀ ਤੁਸੀਂ ਦੇਖ ਲਓ, ਕੰਪਨੀ ਨੇ ਮੈਨੂੰ ਅਸੀਂ ਅਪਰੋਚ ਕੀਤੀ, ਚਲੋ ਉਹਨੇ ਗੱਲ ਉਹਨੇ ਗੀਤ ਉਹ ਸਟੋਪ ਕਰ ਲਿਆ। ਕਹਿੰਦੇ ਰੁਕ ਜਾਓ ਯਾਰ ਇਹਨੂੰ ਇਹਦੇ ਵੇਟ ਵੇਟ ਕਰਦੇ, ਉਦੋਂ ਉਹਨੇ ਗੋਇਡ ਕਰਤਾ ਵੀ ਤੁਸੀਂ ਕਰ ਲਓ। ਹੁਣ ਇੱਕ ਪੰਜਾਬ ਦੀ ਬਹੁਤ ਵੱਡੀ ਆਰਟਿਸਟ, ਉਹਦਾ ਨਾਂ ਨਹੀਂ ਲੈਣਾ, ਅਸੀਂ ਉਹਦੇ ਨਾਲ ਗੱਲ ਕੀਤੀ, ਪਰ ਉਹਨਾਂ ਦੇ ਜਿਹੜੇ ਹਸਬੈਂਡ ਸਾਹਿਬ ਸੀਗੇ ਅਤੇ ਉਹਨਾਂ ਨੇ ਉਹ ਸਾਡੇ ਨਾਲ ਉਹ ਡੀਲਿੰਗਸ ਬਹੁਤ ਹੀ ਸਾਡੇ ਨਾਲ ਸੈਟਲ ਨਹੀਂ ਬੈਠੀ, ਪਹਿਲਾਂ ਯੈਸ ਨੋ ਯੈਸ, ਚਲੋ ਲਾਸਟ ਦੇ ਗੱਲ ਜੀ ਨਸੀਬੋ ਤੱਕ ਆ ਗਈ ਜੀ। ਉਹ ਲੱਕੀ ਜੀ ਤਾਂ ਕਦੇ ਕਹਿਤਾ, ਕਹਿੰਦੇ ਜੀ ਆਪਾਂ ਨਸੀਬੋ ਜੀ ਤੋਂ ਕਰ ਲੈਂਦੇ। ਮੈਂ ਕਿਹਾ ਜੀ ਭਾਜੀ ਨਸੀਬੋ ਤੋਂ ਕਦੇ ਕਿੱਦਾਂ ਕਰਨਾ, ਵੀ ਉਹ ਤਾਂ ਪਾਕਿਸਤਾਨ ਰਹਿੰਦੇ ਆ, ਅਸੀਂ ਰਹਿੰਦੇ ਇੱਥੇ ਇੰਡੀਆ, ਨਹੀਂ ਹੋਣੀ ਭਾਜੀ ਗੱਲ। ਮੇਰੇ ਚਾਚਾ ਜੀ ਆ ਚਮਨ ਲਾਲ ਵੈਦੀ ਸਾਹਿਬ, ਮੈਂ ਉਹਨਾਂ ਨੂੰ ਟੈਲੀਫੋਨ, ਮੈਂ ਕਿਹਾ ਜੀ ਆਪਾਂ ਗੱਲ ਕਰ ਲੈਂਦੇ ਹਾਂ ਜੀ। ਮੈਂ ਵੈਦੀ ਸਾਹਿਬ ਨਾਲ ਗੱਲ ਕੀਤੀ, ਮੇਰਾ ਚਾਚਾ ਜੀ ਵੀ ਇੱਕ ਆਹ ਪ੍ਰੋਬਲਮ ਆਉਂਦੀ ਪਈ, ਆਪਾਂ ਕਰ ਸਕਦੇ ਸ਼ੂਟ, ਇਹਨਾਂ ਦੇ ਲਿੰਕ ਉੱਥੇ ਬਹੁਤ ਹੈ ਜੀ। ਅਤੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਕਰ ਲੈਂਦਾ ਜੀ, ਇਹਨਾਂ ਨੇ ਬੜੀ ਐਫਰਟ ਕਰਕੇ ਉੱਧਰੋਂ ਇੱਧਰੋਂ ਕਰਕੇ ਮਤਲਬ ਕਰਵਾ ਦਿੱਤਾ ਜੀ। ਅਤੇ ਇਸ ਕਰਕੇ ਵੀ ਚਮਨ ਵੈਦੀ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਇਸ ਚੀਜ਼ ਦੇ ਵਿੱਚ, ਮੇਰੇ ਚਾਚਾ ਜੀ ਦਾ, ਅਤੇ ਉਹਨਾਂ ਨੇ ਬੜੇ ਉਹਨਾਂ ਦੇ ਆਸ਼ੀਰਵਾਦ ਨਾਲ ਕੰਮ ਹੋਇਆ ਜੀ। ਜਿਹੜੀ ਨਸੀਬੋ ਲਾਲ ਉਹ ਬਹੁਤ ਵਧੀਆ ਆਰਟਿਸਟ ਆ, ਉਹਨੂੰ ਕਲਾਸੀਕਲ ਵੀ ਆਉਂਦਾ, ਬਿਲਕੁਲ ਜੀ, ਬਹੁਤ ਜ਼ਬਰਦਸਤ ਆ। ਅਤੇ ਉਹ ਐਕਚੁਲੀ ਸਾਡੇ ਫੈਮਿਲੀ ਦੇ ਨਾਲ ਥੋੜ੍ਹੀ ਜਿਹੀ ਕਨੈਕਸ਼ਨ ਹੋ ਗਿਆ, ਕਿਉਂਕਿ ਜਿਹੜਾ ਮੇਰਾ ਪੋਤਾ ਉਹ ਪਿੱਛੇ ਜਿਹੇ ਆਏ ਸੀ ਤਾਂ ਉਹਨਾਂ ਦੇ ਮੇਰੇ 12-13 ਪ੍ਰੋਗਰਾਮ ਕਿੱਥੇ ਮੇਰੇ ਪੋਤੇ ਨੇ ਕੀਤੀ ਸੀ, ਕਿਤੇ ਕੀਬੋਰਡ ਵਜਾ ਕੇ ਤਾਂ ਕਿਤੇ ਵਿਸ਼ਾਲ ਮਹਿਰ ਦੇ ਨਾਲ ਕਾਫੀ ਵਧੀਆ ਉਹਨਾਂ ਦਾ ਕੰਟੈਕਟ ਹੈਗਾ। ਅਤੇ ਇਹ ਬਹੁਤ ਬੜੀ ਖੁਸ਼ੀ ਦੀ ਗੱਲ ਆ, ਜੇ ਹੋ ਸਕੇ ਜੇ ਤੁਹਾਨੂੰ ਚੇਤਾ ਤਾਂ ਜਿਹੜਾ ਤੁਸੀਂ ਗਾਣਾ ਨਸੀਬ ਬੋਲਣ ਗਿਆ ਉਹਦੇ ਸਥਾਈ ਜ਼ੋਰ ਜ਼ੋਰ ਪੇਸ਼ ਕਰ ਸਕਦੇ, ਬਹੁਤ ਵਧੀਆ। ਕਿੱਦਾਂ ਵੱਖ ਵੱਖ ਹੋ ਕੇ ਜੀ ਮਾਂਗੇ, ਨੀ ਹਜ਼ਾਰ ਜੁਦਾਈਆਂ ਵਾਲਾ ਪੀ ਮਾਂਗੇ, ਕਿੱਦਾਂ ਵੱਖ ਵੱਖ ਹੋ ਕੇ ਜੀ ਮਾਂਗੇ, ਇਹ ਜ਼ਹਿਰ ਜੁਦਾਈਆਂ ਦਾ ਪੀ ਮਾਂਗੇ, ਦੁਨੀਆ ਤੋਂ ਡਰ ਕੇ ਨੀ ਰਸਮਾਂ ਤੋਂ ਡਰ ਕੇ, ਨੀ ਰਸਮਾਂ ਤੋਂ ਡਰ ਕੇ, ਨੀ ਦੁਨੀਆ ਤੋਂ ਡਰ ਕੇ, ਆਪਾਂ ਦੋਵੇਂ ਬਦਨਾਮ ਹੋ ਗਏ, ਤੂੰ ਮੇਰੇ ਕਰਕੇ ਨੀ ਮੈਂ ਤੇਰੇ ਕਰਕੇ, ਨੀ ਮੈਂ ਤੇਰੇ ਕਰਕੇ, ਨੀ ਤੂੰ ਮੇਰੇ ਕਰਕੇ। ਇਸ ਗੀਤ ਨੂੰ ਆਪਾਂ ਨਾ ਐਂਡ ਵਿੱਚ ਸੁਣਾਵਾਂਗੇ, ਬਹੁਤ ਖੂਬਸੂਰਤ। ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਹਰ ਪਹਿਲੂ 'ਤੇ ਤੁਹਾਡੇ ਨਾਲ ਗੱਲ ਕਰ ਸਕਾਂ, ਹੋ ਸਕਦਾ ਕੋਈ ਸਵਾਲ ਮੈਂ ਤੁਹਾਡੇ ਕੋਲ ਨਾ ਪੁੱਛ ਸਕਿਆ ਹੋਵਾਂ, ਅਤੇ ਇਸ ਸਵਾਲ ਤੋਂ ਬਾਅਦ 'ਚ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ, ਲੇਕਿਨ ਪਹਿਲਾਂ ਮੈਂ ਇਹ ਜਾਣਨਾ ਜ਼ਰੂਰ ਚਾਹਾਂਗਾ ਕਿ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਹੈਗੇ ਆ ਜੀ, ਉਹਨਾਂ ਬਾਰੇ ਜ਼ਿਕਰ ਕਰੀਏ ਆਪਾਂ। ਤੁਹਾਡੇ ਆਉਣ ਵਾਲੇ ਜਿਹੜੇ ਗੀਤ ਹਨ ਜਾਂ ਮਿਊਜ਼ਿਕ ਕੌਣ ਕਰ ਰਿਹਾ ਜਾਂ ਕੌਣ ਲੈ ਕੇ ਦੇ ਰਿਹਾ ਤੁਹਾਨੂੰ, ਉਹ ਜ਼ਰੂਰ ਦੱਸੋ ਤੁਹਾਡਾ ਅਗਲਾ ਪ੍ਰੋਜੈਕਟ ਕੀ ਆ। ਯਾ ਸਰ, ਇਸ ਤੋਂ ਬਾਅਦ ਆਲਰੇਡੀ ਮੇਰੇ ਦੋ ਗੀਤ ਮੇਰੇ ਗੋਇਡ ਜਿੱਦਾਂ
सिर्फ एक दी वीडियो शूट मैं करके आया सी ते एक हुण जाके फिर करना हैगा ते बहुत बड़े प्रोजेक्ट हैगे जी ते उन्होंने म्यूजिक तो लक्की अपना साहब ने किया जी कंपनी सारा जो देखो जो कोई देखती सारा जी ते बाकी एक फीमेल सिंगर ना मेरा गीत बहुत बड़ा आ रहा ठीक है हाँ जी बॉलीवुड की बहुत बड़ी आर्टिस्ट मैं पर ना नहीं लेना चाहता क्योंकि हरे कितने होना कितने होना तुम्हें पता जाने कि बॉलीवुड की बहुत बड़ी आर्टिस्ट हैगी है भाई उन्होंने गलबात चलो लगभग तय हो ही गई है ठीक है तो बाकी जाके हम बस रिकॉर्डिंग होनी चाहिए जी ठीक है। अच्छा जो थोड़े गीत मैं पहले भी सवाल किया मैंने जवाब नहीं मिले असल मैं दोबारा पूछ जी जी सर थोड़े लिए लिखता कौन सारे गीत आप ही लिखते हैं ज मेरे साहब हाले तक तो जो मेरे को पुराना मटीरियल इन्ना पिया जी मैं तो दस नहीं सकता बट हाँ ये नहीं कोई सौ नहीं आप खाधी कि मतलब मैं यार किसी का गीत नहीं गाँव नहीं इदा नहीं है जो मैं मेरे चीज़ की मैं जहन मिल गई भी गाँव तो मैं जरूर गाऊँगा जी थोड़े मनपसंद जी का शायर ज गीतकार कौन आज के दौर में हाँ जी अज के दौर देखो मैं जे मैं दौर की गल करता मैं देबी मखसूसपुरी साहब जसबीर गुणा चौड़िया साहब देबी मखसूसपुरी अच्छा हाँ जी हाँ जी दविंद्र खन्नेवाला साहब क्योंकि असं जो पढ़ते होंगे से जी फिर इन्होंने वही सुनते होंगे इन्होंने तो हाँ जी तो काफ़ी इन्होंने सुने इन्होंने लिखे हुए गीत काफ़ी प्रभाव पाते थे ठीक है नहीं बहुत बहुत वधिया थोड़ी चीज अगर तुम ये मैसेज देना हो लिखण वाले केड़िया केड़ी चीज़ों का ख्याल रखना चाहिए देखो जी ज गायक जरा दोनों का इकट्ठा कंबाइन करके मैसेज दे दो बी गायक फील्ड में आने की करना चाहिए ज कि तैयार होना चाहिए यही गल जे राइटर है गीतकार है गज़ल गो उन्होंने कहोजा मन बना के अगे आने की लड़ है देखो जी गायकी दे विच सफर दे विच आना जां तुसीं लेखनी दे सफर दे विच आना तुहानू बहुत लंबा कई बार पैंदा थोड़ी गुड़ लग गया जी तो थोड़ा पासा सीधा पै गया जी मैं कुछ कह नहीं सकता जो सफर बहुत लंबा कर कई बार तय करना पै जाता इस चीज़ में बाकी जिन्हें भी आना आ चंगा लिखो और गायकी दे विच भी चंगा गाओ तुसीं अज नहीं तो कल नहीं तो अज नहीं तो कल नहीं तो फिर कितने कितने समा तो आता इदां दी गल नहीं कि समा नहीं आता आता समा हर एक इंसान का समा जी नेचर आ गॉड ऑफ नेचर आ दी मौका दिंदी है और चंगा चंगा लिखो चंगा गाओ मेरी तो यही हैगी जी ठीक है जिहड़ी गायकी दे तुसीं बहुत सारे थम्मां दे नाल है जी बहुत वधिया मैं कोशिश की थोड़ी जिंदगी दे बारे जिन्ना कि मैनूं जानकारी सी उहदे मुताबिक मैं कोशिश की हर पहलू तो मैं तुम्हें हर गल पुछ सकता जी जी हो सकता मैं थोड़े बारे किसी पहलू तो वांझा रह गया हो मैं कोई गल ना पुछ सकया हो मैं अगर तुम कहना चाहो अपनी जिंदगी के बारे अपने आने बारे टाइम के बारे अपने बारे कुछ मेरे मैं दसदा जी जी मेरी मिसेज है कमलजीत कौर बहुत सपोर्ट करती है ठीक है कई बार मैं रात को उठ के मैं जो मैं लिखण भी लग पाया कुछ कर लग पाया उन्होंने डिस्टर्ब भी मेरे टैलीफोन बहुत लंबे चलते रहते कहना भी पैना कर कई बार टैलीफोन लंबे हो जाते क्योंकि मेरे दो बेटे आ छोटे एक 13 साल का आ एक 9 साल का आ तो वह भी उन्होंने पता जे डैडी अपने कमरे च बैठे आ तो उन्हें मैं डिस्टर्ब नहीं करना क्योंकि फैमिली का बड़ा योगदान होना चाहिए जो तुम अगे बढ़ना तो थोड़ी फैमिली थोड़े भैन भरा थानू सपोर्ट जरूर करते होने चाहिए अच्छा जिथे तुसी सपोर्ट की गल की है थोड़ी वाइफ ने थानू सपोर्ट किया थोड़े भैन भरावों ने सपोर्ट किया अच्छा कितना कित यह हर नाल हुंदा जो तुसी ना कोई किता चुनते हैं जी थोड़े माँ बाप जां थोड़े बड़े भरा जां थोड़े होर इर्द गिर्द कहते किहड़ा कम फड़ लिया था थोड़े ना इदा तो नहीं हुई भी थानू बिल्कुल तो कुट भी खाधी है नहीं नहीं मेरे माता जी 4 महीने पहला इस दुनिया तो साढ़े तो चल गए सॉरी तो चलो आई थिंक मतलब मैं जो मैं इस चीज़ में आया तो मैं कहती भी तू कि चक्कर पै गया तू
तुरंत तो मैं बाहर भेजना मेरा मेरी सिस्टर मेरी आ आस्ट्रेलिया रेंदे आ मेरा एक भरा आ इत्थे फ्रांस रहा तो लेडी मेरे पहले बाहर से मतलब साडा लगभग सारा फैमिली साडी बाहर ही है जी मतलब मैं तो छोटे जदों मैं भी होने मैनू मेरे लगभग साडी सारी फैमिली बाहर ही है साडी तो वह मैं सारे ने मैं कहें भी तू कि चक्कर पै तुरै इधर तो मैं क्या भी मैं नहीं पता भी मैं कि चक्कर पै गया आई थिंक मैं समझ नहीं लगती कुछ भी तो मैं तो यार गाँव ही हाँ तो मैं तो लिखना मैंने नहीं समझ लगती वो मैंने कहने तेन आह काम खोल देने कहना मैं यार मैं नहीं कुछ करना है तो तुम पैसे अपने वेस्ट ना करो मैं इधर मूव हो चलता मतलब ठीक है बहुत चंगा मेरी फैमिली बहुत चंगी है बहुत ये बहुत वधिया गल है क्योंकि आम तौर पर जो करियर बनाना होंगे ना जी आम तौर पर सारे मापे चाहते कि मेरा बच्चा पढ़ के बहुत वधिया नौकरी करे जां बहुत वधिया बिजनेस करे लोगों पर उहदा नाम होवे हर मापा चाहता कि मेरे बच्चे का नाम होवे ये गल पक्की आ ते तुसी गायक बन जाओ जां तुसी कमेडियन बन जाओ हालांकि बहुत बड़ा फन है जी कॉमेडी करनी बहुत औखा लेकिन थोड़े मापे थोनू उत्साहित नहीं करते उधर जाने गायकी वाल क्यों पता कि गायकी थोड़े बंदे गिणवे होंगे मेरे ख्याल तुम भी बंदे गिणने हो तो दिहाड़ी लग जाऊ जो कामयाब बंदे हुए तो ज़्यादा तौर पर जोड़े फेल आ जिन्हों अगे मौका नहीं मिलता पहला गल है कि बहुत खूबसूरत की आप उस गलू बता सकते मैं जान के उ रोक ली सी कि भी पैसे का कोल होना बहुत जरूरी है 100% अजकल का जो दौर है लोग अपन जमीन गहन उ पैसे चक के रिकॉर्डिंग करनी प्रैफर करते हैं तो क्योंकि उन्होंने ये आस होंगी है कि भी एक मेरा गाना कामयाब हो गया मेरी जिंदगी बन जानी है बिल्कुल लेकिन जे ये नहीं सोचते जे मैं कामयाब ना हो फिर जो मेरे को चार सियाल कोल से भी जाते लगे तो जो पैसे जो खर्चना या वरतना इतने अकल की लौड़ है बिल्कुल सही जगह पर जो पैसा वरतना तुम दो भरावान का ना लिया ਬਰਦੀ ਭਰਾਵਾਂ ਦਾ ਬਿਲਕੁਲ ਜੀ ਸਾਡੇ ਉਹ ਮੇਰੇ ਵੀ ਦਿਲ ਦੇ ਬਹੁਤ ਕਰੀਬ ਆ ਮੇਰੇ ਸਤਿਕਾਰ ਜੋਗੇ ਜੀ ਸਾਡੇ ਸਿਰ ਦੇ ਸਾਡਾ ਰਿਸ਼ਤਾ ਵੀ ਬਹੁਤ ਕਲੋਜ਼ ਹੈਗਾ ਆਪਸ ਵਿੱਚ ਜੀ ਤੇ ਇੱਕ ਤਾਂ ਮਿਸ਼ਨ ਕਰਕੇ ਸੀ ਬਹੁਤ ਕਲੋਜ਼ ਆਪਸ ਵਿੱਚ ਹੈਗੇ ਆ ਦੂਸਰੀ ਗੱਲ ਹੈਗੀ ਉਦਾਂ ਇੱਕ ਦੁਨਿਆਵੀ ਰਿਸ਼ਤਾ ਵੀ ਹੈਗਾ ਉਹ ਆਪਾਂ ਬਾਅਦ ਦੱਸਾਂਗੇ ਸੀ ਅੱਛਾ ਜਿਹੜੀ ਮੈਂ ਚਾਹੁੰਦਾ ਕਿ ਇੱਕ ਵਾਰੀ ਹੋਰ ਜੀ ਕੋਈ ਵੀ ਗਾਣਾ ਤੁਹਾਡੇ ਕੋਲ ਕਿਉਂਕਿ ਮੈਨੂੰ ਥੋੜੀ ਆਵਾਜ਼ ਵਿੱਚ ਬਹੁਤ ਕੋਸ਼ਿਸ਼ ਲੱਗਦੀ ਆ ਜਿਹੜੀ ਆਵਾਜ਼ ਨਾ ਪਕੀ ਉਹਨੂੰ ਕਹਿੰਦੇ ਆ ਜਿੱਦਾਂ ਤਲਤ ਮਹਿਮੂਦ ਦੀ ਆਵਾਜ਼ ਵਿੱਚ ਮਖਮਲੀ ਕੱਲ ਜਿੱਦਾਂ ਅੱਜ ਕੱਲ੍ਹ ਨਵਾਂ ਜਿਹੜਾ ਕਲਾਕਾਰ ਹੈਗਾ ਕਲੇਰ ਜੀ ਜੀ ਕੰਠ ਉਦਾਂ ਦਾ ਜਿਹੜਾ ਸਵਾਦ ਜਿਹਾ ਤੁਹਾਡੇ ਵਾਸਤੇ ਹੈਗਾ ਤੁਹਾਡੇ ਮਨਪਸੰਦ ਦੇ ਕੋਈ ਦੋ ਲਾਈਨਾਂ ਹੋ ਜਾਣ ਹੋ ਲਿਖ ਭਾਰਤ ਸੰਵਿਧਾਨ ਇਹ ਦਿੱਤਾ ਦੱਸ ਸਰਕਾਰੇ ਤੂੰ ਕੀ ਕੀਤਾ ਬਾਬਾ ਸਾਹਿਬ ਦੀ ਕਰਨੀ बाबा साहब दी करनी बाबा साहब दी करनी सारे जग नू दसनी चाहीदी हो बाबा साहब दी फोटो नोटा ते लगनी ही चाहीदी मेरे भीमराव दी फोटो नोटा ते लगनी ही चाहीदी ਤੁਸੀਂ ਇੱਕ ਹੁਣ ਆਪਾਂ ਤਕਰੀਬਨ ਤੈਨੂੰ ਐਂਡ ਤੱਕ ਪਹੁੰਚ ਗਏ ਹਾਂ ਦੋ ਤਿੰਨ ਮਿੰਟ ਬਾਕੀ ਆ ਮੈਂ ਤੁਹਾਡੇ ਕੋਲ ਇੱਕ ਮੈਸੇਜ ਲੈਣਾ ਚਾਹੁੰਦਾ ਕਿ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਜਿਹੜੀ ਗੱਲਬਾਤ ਤੁਸੀਂ ਸੁਣੀ ਇੱਥੇ ਜੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਵੀ ਭਾਰਤ ਵਿੱਚ ਤਾਂ ਇੱਥੇ ਕੀ ਵਧੀਆ ਨਹੀਂ ਹੋ ਰਿਹਾ ਜਾਂ ਕਿੱਥੇ ਕਮੀ ਆ ਸਾਨੂੰ ਹੋਰ ਕੀ ਕਰਨਾ ਚਾਹੀਦਾ ਕਿ ਬਾਬਾ ਸਾਹਿਬ ਜਿਹੜੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਵਧੀਆ ਤਰੀਕੇ ਨਾਲ ਦੇਖੋ ਜੀ ਮੈਂ ਜੋ ਮੇਰਾ ਐਕਸਪੀਰੀਅੰਸ ਆ ਜੋ ਮੈਂ ਪੜ੍ਹਿਆ ਸਾਡੇ ਸਮਾਜ ਨੂੰ ਇੱਕ ਜੁੱਟ ਨਹੀਂ ਅਸੀਂ ਹੋ ਰਹੇ ਇਸ ਵੇਲੇ ਬਾਬਾ ਸਾਹਿਬ ਨੇ ਦੱਸਿਆ ਦੇਖੋ ਧਰਮ ਤੁਸੀਂ ਸਿੱਖਇਜ਼ਮ ਲੈ ਲਓ ਸਿੱਖਇਜ਼ਮ ਨੂੰ ਦੇ ਵਿੱਚੋਂ ਇੱਕ ਪਾਰਟੀ ਨਿਕਲੀ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ ਉਹਨਾਂ 'ਤੇ ਵਿਕਤਾ ਪੈਂਦੀ ਉਹ ਇੱਕ ਚੀਜ਼ ਕਹਿ ਦਿੰਦੇ ਆ ਬਈ ਪੰਥ ਖਤਰੇ ਵਿੱਚ ਆ ਸਾਡਾ ਕਿਹੜਾ ਪੰਥ ਹੈ ਜੀ ਸਾਨੂੰ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਆਪਾਂ ਜੇ ਗੱਲ ਕਰ ਲਈਏ ਬਾਬਾ ਸਾਹਿਬ ਸਾਨੂੰ ਧਰਮ ਦਿੱਤਾ ਬੁੱਧਿਜ਼ਮ ਜੇ ਅਸੀਂ ਅੱਜ ਮਾੜਾ 'ਚ ਭਰੋ ਹੋ ਕੇ ਬੁੱਧਿਜ਼ਮ ਦੇ ਵਿੱਚ ਆ ਜਾਂਦੇ ਹਾਂ ਸ਼ਾਇਦ ਕਿਤੇ ਨਾ ਕਿਤੇ ਅਸੀਂ ਧਰਮ ਨੂੰ ਲੈ ਕੇ ਅਸੀਂ ਰਾਜਨੀਤੀ ਵਿੱਚ ਆ ਸਕਦੇ ਹਾਂ
ਸਾਡਾ ਇੱਕ ਵਸੀਅਤ ਹੋਣਾ ਚਾਹੀਦਾ ਕਰਨਾ ਕੀ ਚਾਹੀਦਾ ਦੇਖੋ ਪਹਿਲੀ ਤਾਂ ਗੱਲ ਇਹ ਕੀ ਹੈ ਵੀ ਸਾਨੂੰ ਇੱਕ ਸਟੇਜ 'ਤੇ ਇਕੱਠੇ ਹੋਣਾ ਚਾਹੀਦਾ ਔਰ ਦੂਸਰੀ ਗੱਲ ਦੇ ਉੱਤੇ ਸਾਨੂੰ ਧਾਰਮਿਕ ਤੌਰ 'ਤੇ ਵੀ ਰਾਜਨੀਤਿਕ ਤੌਰ 'ਤੇ ਇਕੱਠੇ ਹੋਣਾ ਚਾਹੀਦਾ ਓਕੇ ਜੀ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂ ਇਸ ਚੀਜ਼ 'ਤੇ ਹੋਣਾ ਚਾਹੀਦਾ ਅੱਜ ਦੀ ਗੱਲਬਾਤ ਇੱਥੇ ਆਪਾਂ ਨੂੰ ਸਮਾਪਤ ਕਰਨੀ ਪੈਣੀ ਕੋਈ ਟਾਈਮ ਹੋ ਗਿਆ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਸਾਹਿਬ ਸਾਡਾ ਬਹੁਤ ਧੰਨਵਾਦ ਕੰਸ਼ੀ ਟੀ ਵੀ ਦੇ ਦੇਖਦੇ ਸਾਰੇ ਸਰੋਤਿਆਂ ਦਾ ਕੁਲਵੀਰ ਲੜੀਆਂ ਵੱਲੋਂ ਇੱਥੇ ਤੁਸੀਂ ਬੁਲਾ ਕੇ ਮੇਰੇ ਸਾਹਿਬ ਨੇ ਸਾਰੀ ਕੰਸ਼ੀ ਟੀ ਵੀ ਦਾ ਜਿੰਨਾ ਵੀ ਸਾਰੇ ਸਤਿਕਾਰਯੋਗ ਸਾਡੇ ਦੇਖ ਰਹੇ ਸਾਡੇ ਮੇਰੇ ਭੈਣ ਭਰਾ ਜੇ ਕੋਈ ਵਾਧਾ ਘਾਟਾ ਸ਼ਬਦ ਕਿਹਾ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮਾਫ਼ ਕਰ ਦੇਣਾ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰੋਤਿਓ ਮੈਨੂੰ ਐਕਚੁਲੀ ਚੇਤੇ ਭੁੱਲ ਗਿਆ ਟਾਈਮ ਵੀ ਹੋ ਸਕਦਾ ਕਿਉਂਕਿ ਅਸੀਂ ਗੱਲਾਂ ਵਿੱਚ ਇੰਨੇ ਮਸਰੂਫ ਹੋ ਗਏ ਇੰਨੇ ਇੰਨੇ ਪਿਆਰੇ ਸੱਜਣ ਫਨਕਾਰ ਸੀਗੇ ਇਹਨਾਂ ਨਾਲ ਗੱਲਾਂ ਜਿੰਨੇ ਮਰਜ਼ੀ ਕਰੀ ਜਾਂਦੇ ਪਰਿਵਾਰ ਵਾਂਗੂ ਲੱਗਾ ਮੈਨੂੰ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਹਨਾਂ ਦੇ ਨਾਲ ਮੇਰੀ ਗੁਫ਼ਤਗੂ ਪਸੰਦ ਕੀਤੀ ਹੋਊਗੀ ਅੱਜ ਲਈ ਇੰਨਾ ਹੀ ਮਿਲਾਂਗੇ ਅਗਲੇ ਹਫ਼ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਭੀ ਨੋ ਬੁਧਾਏ ਜੈ ਗੁਰਦੇਵ ਹਰ ਕੇ ਦਿਲ
जगदिया रस्मां ओके निभदे इत्थे प्यार।